ਫਿਰ ਜਿਹੜੇ ਹੁਣ ਪ੍ਰਗਟ ਸਿੰਘ ਵਰਗੇ ਮਿਨਿਸਟਰ ਵੀ ਹੈ ਔਰ ਜਨਰਲ ਸੈਕਟਰੀ ਨਵਜੋਤ ਸਿੱਧੂ ਦਾ ਸਾਥੀ ਸੀ, ਉਹਨੇ ਕਿਹਾ ਜੀ ਧਰਮ ਅਤੇ ਜ਼ਾਤ ਦੀ ਰਾਜਨੀਤੀ ਸੂਬੇ ਲਈ ਘਾਤਕ, ਧਰਮ ਦੇ ਨਾਂ ਥੱਲੇ ਵਾਲੀ ਜਿਹੜੀ ਉਹ ਬਥੇਰਾ ਉਹਨੇ ਇੰਦਰਾ ਗਾਂਧੀ ਨੇ ਔਰ ਰਾਜੀਵ ਗਾਂਧੀ ਨੇ ਉਹਦੇ 'ਚੋਂ ਜੂਸ ਕੱਢ ਲਿਆ, ਉਹਦਾ ਅਰਕ ਕੱਢ ਲਿਆ ਰਾਧਰ, ਇਹਨਾਂ ਨੇ ਜ਼ਾਤ ਪਾਤ ਸਿਸਟਮ ਲਿਆ ਕੇ ਵਿਛਵਾੜਿਆ ਔਰ ਉਹਨਾਂ ਨੇ ਦੇਖਿਆ ਕਿ ਜੀ ਇਹ 20-22% ਜ਼ਿਮੀਦਾਰ ਨੇ, ਇੰਨੇ ਫਲਾਣੇ ਨੇ, ਇਹ ਇਕੱਠੇ ਕਰਕੇ ਇਹਨਾਂ ਨੂੰ ਬਾਹਰ ਕਰੋ, ਜੋ ਹਰਿਆਣੇ 'ਚ ਕੀਤਾ। ਇਹਨੂੰ ਵੀ ਸ਼ਾਇਦ ਇਹ ਸੀ ਇਸ ਥੱਲੇ ਇਹਨੇ ਜਿਹੜਾ BJP ਨੂੰ ਛੱਡਿਆ, ਆਮ ਆਦਮੀ ਪਾਰਟੀ ਨਾਲ ਵੀ ਸਮਝੌਤਾ ਟੁੱਟਿਆ ਕਿਉਂਕਿ ਉਹ ਚੀਫ ਮਿਨਿਸਟਰ ਕੇਜਰੀਵਾਲ ਆਪ ਬਣਨਾ ਚਾਹੁੰਦਾ ਸੀ। ਕਾਂਗਰਸ 'ਚ ਉਹਨੂੰ ਲੱਗਾ ਵੀ ਅਮਰਿੰਦਰ ਤਾਂ ਗਿਆ ਫੋਰ ਡਿਫਰੈਂਟ ਰੀਜ਼ਨਸ, ਉਹਨਾਂ ਨੂੰ ਵੀ ਇਹ ਮੇਰੀ ਵਾਰੀ ਹੈ। ਉਹਨਾਂ ਨੇ ਜਦੋਂ ਇਹਨੂੰ ਚੰਨੀ ਨੂੰ ਬਣਾ ਦਿੱਤਾ, ਇਹਨੂੰ ਲੱਗਿਆ ਵੀ ਇਹ ਤਾਂ ਮੇਰਾ ਰਬੜ ਸਟੈਂਪ ਹੋਏਗੀ। ਕਾਂਗਰਸ 'ਚ ਗਿਆ ਤੋਂ ਜੂਨ 84 'ਚ ਰਿਜ਼ਾਈਨ ਕੀਤਾ, ਫਿਰ ਬਾਦਲਾਂ 'ਚ ਅਕਾਲੀ ਦਲ 'ਚ ਆਇਆ, ਮਿਨਿਸਟਰ ਬਣਿਆ, ਉੱਥੋਂ ਤੈਨੂੰ ਨਹੀਂ ਬਣਿਆ, ਤੂੰ ਆਪਣੀ ਪੰਥਕ ਅਕਾਲੀ ਦਲ ਬਣਾਇਆ, 6,000 ਵੋਟਾਂ ਕੱਲੇ ਪਟਿਆਲੇ 'ਚੋਂ ਮਿਲੀਆਂ, ਸਭ ਦੀਆਂ ਆਪਣੇ ਸਮੇਤ ਜ਼ਮਾਨਤਾਂ ਜ਼ਬਤ ਹੋਈਆਂ, ਤੈਨੂੰ ਲੱਗਾ ਵਾਪਸ ਚਲੋ, ਨੱਕ ਰਗੜਿਆ ਕਾਂਗਰਸ ਦੇ। ਹੁਣ ਤੂੰ ਟੋਏ ਕਰ ਰਿਹਾ ਸੀ ਕਿ ਵੀ ਮੈਂ BJP 'ਚ ਜਾਣਾ। ਇਸ ਡਿਵੈਲਪਮੈਂਟ ਤੋਂ ਬਾਅਦ ਹੋ ਸਕਦਾ ਸੋਨੀਆ ਨੂੰ ਕਹਿ ਕੇ ਜੀ ਜੇ ਤੁਸੀਂ ਮੈਨੂੰ ਹੀ ਬਣਾ ਦਿੰਦੇ ਹੋ ਵਾਪਸ ਤਾਂ ਮੈਂ ਇੱਥੇ ਹੀ ਹਾਂ। ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀਆਂ ਕਹਿੰਦੇ ਹਾਂ। ਸੋ ਹੁਣ ਆਪਾਂ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਭਾਰਤੀ ਕਬਜ਼ੇ ਵਾਲੇ ਪੰਜਾਬ ਦੀ, ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਆਪਣੇ ਅਹੁਦੇ ਤੋਂ ਜਿਹੜਾ ਅਸਤੀਫਾ ਦੇ ਦਿੱਤਾ ਹੈ ਔਰ ਕੈਪਟਨ ਅਮਰਿੰਦਰ ਸਿੰਘ ਟਪੂਸੀਆਂ ਮਾਰਦਾ ਪਹਿਲਾਂ ਹੀ ਦਿੱਲੀ ਪਹੁੰਚ ਚੁੱਕਾ ਹੈ ਔਰ ਵਫਾਦਾਰੀ ਜਿਹੜੇ ਵਫਾਦਾਰ ਪੰਜਾਬੀ ਨੇ ਉਹ ਫਿਕਰਮੰਦੀ ਨਾਲ ਪੰਜਾਬ ਬਾਰੇ ਸੋਚਦੇ ਨੇ ਅਤੇ ਇਹ ਵੀ ਸਵਾਲ ਕਰਦੇ ਨੇ ਕਿ ਇਹ ਬੰਦ ਟਪੂਸੀਆਂ ਕਿਸ ਮਦਾਰੀ ਦੇ ਇਸ਼ਾਰੇ 'ਤੇ ਹੋ ਰਹੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਵਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਪੰਜਾਬੀ ਦਾ ਇੱਕ ਅਖਾਣ ਹੈ ਕਿ ਕੁੱਕੜਾਂ ਦੀ ਲੜਾਈ ਖੇ ਆਪਣੇ ਸਿਰ ਪਵਾਈ। ਹੁਣ ਇਹਨੂੰ ਬਾਂਦਰਾਂ ਦੀਆਂ ਟਪੂਸੀਆਂ ਕਹੀਏ, ਜਿਵੇਂ ਤੁਸੀਂ ਕਿਹਾ, ਇਹ ਵੀ ਬਿਲਕੁਲ ਠੀਕ ਹੈ ਕਿਉਂਕਿ ਜਿਹੜੇ ਜਗਲਰ ਹੈ ਜਾਂ ਮਦਾਰੀ ਹੈ ਉਹ ਤਾਂ ਪਿੱਛੇ ਬੈਠਾ ਹੈ ਔਰ ਅੱਗੋਂ ਜਿਹੜੇ ਨੇ ਸ਼ੋਅ ਉਹ ਬਾਂਦਰ ਆਪਣਾ ਸ਼ੋਅ ਦੇ ਰਹੇ ਨੇ। ਅਤੇ ਜੇ ਅਸੀਂ ਇਹਨੂੰ ਨਿੱਜੀ ਅਨਾ ਦੀ ਜਾਂ ਈਗੋ ਦੀ ਜਾਂ ਦੂਜੇ ਕਹੀਏ ਤਾਂ ਫਿਰ ਉਹ ਕੁੱਕੜਾਂ ਦੀ ਲੜਾਈ, ਉਹ ਵੀ ਕੁੱਕੜ ਵੀ ਟ੍ਰੇਨਡ ਕੀਤੇ ਜਾਂਦੇ ਨੇ। ਵੈਸੇ ਤਾਂ ਕੁੱਕੜ ਜਿਹੜੇ ਨੇ ਉਹ ਲੜਦੇ ਨਹੀਂ ਹੈ, ਕੁੱਕੜਾਂ ਦਾ ਇੱਕ ਆਪਣਾ, ਇਸ ਲਈ ਕੁੱਕੜਾਂ ਦਾ ਕਬੀਲਾ, ਕਾਵਾਂ ਦਾ ਕਬੀਲਾ, ਇਹਨਾਂ ਨੂੰ ਇਹ ਬਿਲਕੁਲ ਸਹਿਜਾਰ ਰੱਖਦੇ ਨੇ, ਲੇਕਿਨ ਜਿਹੜੇ ਟ੍ਰੇਨਡ ਹੁੰਦੇ ਨੇ। ਪਰ ਇੱਕ ਤਾਂ ਹੁੰਦਾ ਵੀ ਮਿੱਟੀ 'ਚ ਹੀ ਲੜ ਰਹੇ ਹੁੰਦੇ ਨੇ ਤਾਂ ਇਹਦਾ ਐਂਡ ਉਸ ਲੜਾਈ 'ਚ ਕੀ ਹੁੰਦਾ, ਖੰਭ ਵੀ ਜੋ ਉਹਨਾਂ ਨੂੰ ਖੇ ਆਪਣੇ ਸਿਰ ਹੀ ਪੈ ਰਹੇ ਹੁੰਦੇ। ਸੋ ਦੋਨੋਂ ਹੀ ਹਾਲਤਾਂ ਦੇ ਵਿੱਚ ਜੇ ਕੋਈ ਸਫ਼ਰ ਕਰ ਰਿਹਾ ਤਾਂ ਉਹ ਪੰਜਾਬ ਦਾ ਪ੍ਰਾਈਡ, ਪੰਜਾਬ ਦਾ ਫਿਊਚਰ, ਸਿਆਸੀ ਸਿਨੇਰੀਓ ਔਰ ਇਹ ਅਨਾ ਦੀ ਲੜਾਈ ਲੜ ਰਹੇ ਹੋਣ ਕਿ ਮਦਾਰੀ ਦੇ ਬਾਂਦਰ ਹੋਣ, ਛੁਰੀ ਖਰਬੂਜ਼ੇ 'ਤੇ ਡਿੱਗੇ ਕਿ ਖਰਬੂਜ਼ਾ ਛੁਰੀ 'ਤੇ, ਸ਼ਾਮਤ ਅਤੇ ਬਦਕਿਸਮਤੀ ਖਰਬੂਜ਼ੇ ਦੀ, ਇਨ ਦਾ ਐਂਡ ਇਸ 'ਚੋਂ ਸਾਡਾ ਇਮੇਜ ਕੀ ਹੈ? ਪਹਿਲਾਂ ਚਰਨਜੀਤ ਚੰਨੀ ਨੂੰ ਜਦੋਂ ਇਹਨਾਂ ਨੇ ਬਣਾਇਆ, ਫਿਰ ਕਿਵੇਂ ਅਗਲਾ ਇੱਕ ਹਫ਼ਤਾ ਡਿਬੇਟ ਪੰਜਾਬ ਦੇ ਵਿੱਚ, ਜ਼ਾਤੀਵਾਦ ਫਲਾਣਾ, ਇੱਕ ਦਲਿਤ ਬਣਾ ਦਿੱਤਾ, ਇੱਕ ਉਹ ਹੋ ਗਿਆ, ਉਹਦੇ ਬਾਕੀ ਗੱਲਾਂ ਨਜ਼ਰ ਨੇ, ਫਿਰ ਇਹ ਹੋ ਗਿਆ ਕਿ ਜੀ ਸਾਰਾ ਉਹਦੇ 'ਚੋਂ ਹੀ, ਫਿਰ ਜਿਹੜੇ ਹੁਣ ਪ੍ਰਗਟ ਸਿੰਘ ਵਰਗੇ ਮਿਨਿਸਟਰ ਵੀ ਹੈ ਔਰ ਜਨਰਲ ਸੈਕਟਰੀ ਨਵਜੋਤ ਸਿੱਧੂ ਦਾ ਸਾਥੀ ਸੀ, ਉਹਨੇ ਕਿਹਾ ਜੀ ਧਰਮ ਅਤੇ ਜ਼ਾਤ ਦੀ ਰਾਜਨੀਤੀ ਸੂਬੇ ਲਈ ਘਾਤਕ। ਹੁਣ ਜ਼ਾਹਰ ਹੈ ਵੀ ਇਹ ਕੌਣ ਖੇਡ ਰਿਹਾ? ਪਹਿਲਾਂ ਉਹਨਾਂ ਨੇ ਮਜ਼ਹਬ ਦੀ ਰਾਜਨੀਤੀ, 75 ਸਾਲ ਉਹਨਾਂ ਨੇ ਪੰਜਾਬੀ ਹਿੰਦੂਆਂ ਨੂੰ ਜਿਹੜਾ ਖੜਾ ਕੀਤਾ ਵੀ ਤੁਸੀਂ ਆਪਣੀ ਜ਼ਬਾਨ ਹੀ ਨਹੀਂ ਮੰਨਣੀ ਹੈ ਪੰਜਾਬੀ, ਹੈ ਨਾ, ਉਹਨੂੰ ਹਿੰਦੂ ਸਿੱਖ ਲੜਾਈ ਦੇ ਤੌਰ 'ਤੇ ਪੇਸ਼ ਕੀਤਾ। ਜਦੋਂ ਸਿੱਖਾਂ ਨੇ ਆਪਣੇ ਰਾਈਟਸ ਮੰਗੇ ਤਾਂ ਉਦੋਂ ਜਿਹੜਾ ਉਹ ਹਿੰਦੂ ਸਿੱਖ, ਹਾਲਾਂ ਨਾ ਇਹ ਕਦੇ ਹਿੰਦੂ ਸਿੱਖ ਲੜਾਈ ਉਦੋਂ ਸੀ ਨਾ ਅੱਜ ਹੈ। ਅਸੀਂ ਕੱਲ੍ਹ ਵੀ ਕੋਟ ਕੀਤਾ ਕਿ ਈਵਨ ਪਾਂਡੇ ਜਿਹੜਾ ਗਵਰਨਰ ਸੀ ਪੰਜਾਬ ਦਾ, ਅਕਤੂਬਰ 1983 ਤੋਂ ਜੂਨ ਦੇ ਅਖੀਰਲੇ ਮਹੀਨੇ 84 'ਚੋਂ ਰਿਜ਼ਾਈਨ ਕਰਕੇ ਚਲਾ ਗਿਆ, ਉਹਨੇ ਆਪਣੀ ਕਿਤਾਬ ਦੇ ਵਿੱਚ ਕਿਹਾ ਵੀ ਇੱਥੇ ਤਾਂ ਹਿੰਦੂ ਪੀੜਾਂ ਨੇ ਦਿੱਲੀ 'ਚ, ਹਰਿਆਣੇ 'ਚ, UP 'ਚ ਸਿੱਖਾਂ ਨੂੰ ਘੇਰ ਘੇਰ ਕੇ ਮਾਰਿਆ। ਪੰਜਾਬ 'ਚ ਇੱਕ ਵੀ ਘਟਨਾ ਐਸੀ ਨਹੀਂ ਹੈ ਕਿ ਸਿੱਖ ਭੀੜ ਨੇ ਕਿਸੇ ਹਿੰਦੂ ਨੂੰ ਮਾਰਿਆ ਹੋਏ। ਸੋ ਹਿੰਦੂ ਸਿੱਖ ਲੜਾਈ ਕਿੱਥੋਂ ਹੋ ਗਈ? ਪਰ ਉਹ ਬਣਾ ਛੱਡੀ, ਫਿਰ ਉਹ ਮਾਈਨੋਰਟੀ ਮੈਜੋਰਟੀ ਗਿਣਦੇ ਰਹੇ ਜੀ 52% ਸਿੱਖ, 48% ਝੂਠ। ਹੁਣ ਉਹਨਾਂ ਨੂੰ ਲੱਗਾ ਕਿਉਂਕਿ ਨਵੀਂ ਗੇਮ ਜਿਹੜੀ ਆ, ਉਹਨਾਂ ਨੂੰ ਲੱਗਾ ਵੀ ਧਰਮ ਦੇ ਨਾਂ ਥੱਲੇ ਵਾਲੀ ਜਿਹੜੀ ਉਹ ਬਥੇਰਾ ਉਹਨੇ ਇੰਦਰਾ ਗਾਂਧੀ ਨੇ ਔਰ ਰਾਜੀਵ ਗਾਂਧੀ ਨੇ ਉਹਦੇ 'ਚੋਂ ਜੂਸ ਕੱਢ ਲਿਆ, ਉਹਦਾ ਅਰਕ ਕੱਢ ਲਿਆ ਰਾਧਰ, ਇਹਨਾਂ ਨੇ ਜ਼ਾਤ ਪਾਤ ਸਿਸਟਮ ਲਿਆ ਕੇ ਵਿਛਵਾੜਿਆ ਔਰ ਉਹਨਾਂ ਨੇ ਦੇਖਿਆ ਕਿ ਜੀ ਇਹ 20-22% ਜ਼ਿਮੀਦਾਰ ਨੇ, ਇੰਨੇ ਫਲਾਣੇ ਨੇ,
ਇਕੱਠੇ ਕਰਕੇ ਇਹਨਾਂ ਨੂੰ ਬਾਹਰ ਕਰੋ ਜੋ ਹਰਿਆਣੇ 'ਚ ਕੀਤਾ। ਬਿਲਕੁਲ, ਹੁਣ ਹਰਿਆਣੇ 'ਚ ਜਾਟਾਂ ਨੇ ਹਰਿਆਣਾ ਬਣਾਇਆ ਉਹਨਾਂ ਦੀ, ਪਰ ਕਿਉਂਕਿ ਆਬਾਦੀ ਵਾਈਜ਼ ਤੋਂ 30-32% ਇਹਨਾਂ ਨੇ, ਬਾਕੀ ਸਾਰੇ ਕੱਟ ਕੇ ਉਹ ਖੱਚਰ ਜਿਹੜਾ ਮਨੋਹਰ ਲਾਲ ਉਹ ਚੀਫ ਮਿਨਿਸਟਰ ਬਣਾਇਆ, ਦੂਜੀ ਵਾਰ ਵੀ ਬਣਾਇਆ, ਔਰ ਉਹਨਾਂ 'ਚ ਉਹੀ ਮਾਡਲ ਜਿਹੜਾ ਹਰਿਆਣੇ ਦਾ ਹੈ ਵੀ ਜਾਟਾਂ ਨੂੰ ਡਿਪਰਾਈਵ ਕਰਤਾ ਪੋਲੀਟੀਕਲ ਪਾਵਰ ਤੋਂ, ਇਹੀ ਹਾਲ ਪੰਜਾਬ ਦੇ ਵਿੱਚ ਉਹ ਕਰਨ ਜਾ ਰਹੇ ਨੇ ਕਿ ਇਸ ਵਾਰ ਮਜ਼ਹਬ ਨਹੀਂ ਤੁਸੀਂ ਜ਼ਾਤ ਪਾਤੀ ਕਰੋ। ਹੁਣ ਉਸ ਸਾਰੇ ਦੇ ਲਈ ਉਹਨਾਂ ਨੇ ਪਹਿਲਾਂ, ਕਿਉਂਕਿ ਇਹ ਪਹਿਲੀ ਜਿਹੜੀ ਸਟੇਟਮੈਂਟ ਬੀਜੇਪੀ ਦੀ ਸੀ ਕਿ ਜੀ 2022 'ਚ ਸਾਡੀ ਹਕੂਮਤ ਬਣੇਗੀ ਪੰਜਾਬ 'ਚ ਅਤੇ ਦਲਿਤ ਚੀਫ ਮਿਨਿਸਟਰ ਹੋਏਗਾ, ਨਾਲ ਦੀ ਨਾਲ ਸੁਖਬੀਰ ਬਾਦਲ ਨੇ 2 ਹਫ਼ਤੇ ਬਾਅਦ ਕਿਹਾ ਜੀ ਜੇ ਸਾਡੀ ਹਕੂਮਤ ਬਣੀ ਡਿਪਟੀ CM। ਸੋ ਗਰਾਊਂਡ ਤਿਆਰ ਬੀਜੇਪੀ ਨੇ ਕਰਤੀ, ਕਾਂਗਰਸ ਨੇ ਕਿਹਾ ਜੀ ਲਓ ਅਸੀਂ ਤਾਂ ਬਣਾ ਦਿੱਤਾ। ਹੁਣ ਨਵਜੋਤ ਸਿੱਧੂ ਜਿਹਨੂੰ ਪਹਿਲਾਂ ਜਿਹਦੀ ਪੂਛ ਨੂੰ ਅੱਗ ਲਾ ਕੇ ਉਹਨਾਂ ਨੇ, ਕਿਉਂਕਿ ਜਦੋਂ ਤੱਕ ਡੀਸਟੈਬਿਲਾਈਜ਼ ਨਹੀਂ ਸੀ ਹੁੰਦੀ ਹਕੂਮਤ, ਇਹ ਏਜੰਸੀਆਂ ਦਾ ਏਜੰਡਾ ਚੱਲ ਨਹੀਂ ਸੀ ਸਕਦਾ। ਅਮਰਿੰਦਰ ਆਪਣੇ ਤੌਰ 'ਤੇ ਏਜੰਸੀਆਂ ਲਈ, ਅਜੀਤ ਡੋਵਲ ਦਾ ਖਾਸਮ ਖਾਸ ਹੈ, ਪਰ ਬਹੁਤਿਆਂ ਉਹਨਾਂ ਨੂੰ ਵੀ ਲੱਗਦਾ ਹੁੰਦਾ ਏਜੰਸੀਆਂ ਨੂੰ ਕਿ ਵਰਤ ਕੇ ਫਿਰ ਪੂੰਝ ਕੇ ਸੁੱਟ ਦਿੰਦੇ ਨੇ ਕਿ ਵੀ ਇਹਦਾ ਕੰਮ ਹੁਣ ਮੁੱਕ ਗਿਆ। ਉਹਨਾਂ ਨੂੰ ਵੀ ਕੋਈ ਨਵਾਂ ਚਾਹੀਦਾ ਸੀ, ਲੋਕਾਂ ਨੂੰ ਵੀ ਕੋਈ ਨਵਾਂ ਲੋਲੀਪੋਪ ਚਾਹੀਦਾ ਹੁੰਦਾ, ਪੁਰਾਣਿਆਂ ਤੋਂ ਅੱਕ ਉੱਕ ਜਾਂਦੇ ਨੇ। ਸੋ ਉਹਨਾਂ ਨੇ ਨਵਜੋਤ ਸਿੱਧੂ ਜਿਹੜਾ ਉਹ ਮੌਲੀ ਦਾ ਧਾਗਾ ਬੰਨਿਆ, ਅੱਜ ਉਹਦੀ ਫੋਟੋ ਘੁੰਮ ਰਹੀ ਹੈ, ਨੰਗਾ ਬੈਠਾ, ਜਨੇਊ ਪਾਇਆ ਹੋਇਆ, ਉਹਦੇ ਹਵਨ ਕਰ ਰਿਹਾ ਉਹ ਸਾਰੇ ਦੇ ਥੱਲੇ ਕਿ ਵੀ ਜੈ ਸ਼ਿਵ ਸ਼ੰਕਰ ਨਾਲ ਆਰਤੀ ਪੜ੍ਹ ਰਿਹਾ। ਹੁਣ ਇਹ ਉਹਦੀ ਪ੍ਰਾਈਵੇਟ ਸੀ ਜਾਂ ਅੱਜ ਕੱਲ੍ਹ ਪਤਾ ਨਹੀਂ ਫੇਕ ਵੀ ਹੁੰਦਾ, ਪਰ ਉਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਉਹ ਸ਼ਿਵ ਜੀ ਦਾ ਪੁਜਾਰੀ, ਸ਼ਿਵਲਿੰਗ ਰੱਖੇ ਹੋਏ ਨੇ, ਉਹ ਤਾਂ ਉਹਨੇ ਕਦੇ ਡਿਨਾਈ ਨਹੀਂ ਕੀਤਾ, ਅੱਧੀ ਬਾਂਹ ਤਾਂ ਉਹਨੇ ਲਾਲ ਧਾਗੇ ਨਾਲ ਭਰੀ ਹੁੰਦੀ ਹੈ। ਹੁਣ ਉਸ ਸਾਰੇ 'ਚੋਂ ਉਹਨਾਂ ਨੂੰ ਇਹ ਲੱਗਾ, ਉਹਨੂੰ ਵੀ ਲੱਗਦਾ ਸੀ ਕਿ ਵੀ ਉਹਦਾ ਵੀ ਖਾਬ ਜਿਵੇਂ ਕਿ ਮਰਨ ਤੋਂ ਪਹਿਲਾਂ ਇੱਕ ਵਾਰੀ ਜਿਵੇਂ ਉਹ ਚੌਧਰੀ ਚਰਨ ਸਿੰਘ ਦਾ ਸੀ, ਉਹਨੇ ਆਪਣੀਆਂ ਹੀ ਉਹ ਸਾਰੀਆਂ ਵੈਲਿਊਜ਼ ਆ ਕੇ ਕਿ ਇੱਕ ਵਾਰੀ ਮਰਨ ਤੋਂ ਪਹਿਲਾਂ ਮੈਨੂੰ ਪ੍ਰਾਈਮ ਮਿਨਿਸਟਰ ਬਣਾ ਦਿਓ, ਤਾਂ ਕਿ ਮੇਰਾ ਜਿੱਥੇ ਪ੍ਰਾਈਮ ਮਿਨਿਸਟਰ ਸਾੜੇ ਜਾਂਦੇ ਨੇ ਕ੍ਰੀਮੇਸ਼ਨ, ਉੱਥੇ ਬਣ ਜਾਏ। ਇਹਨੂੰ ਵੀ ਸ਼ਾਇਦ ਇਹ ਸੀ, ਇਸ ਥੱਲੇ ਇਹਨੇ ਜਿਹੜਾ ਬੀਜੇਪੀ ਨੂੰ ਛੱਡਿਆ, ਆਮ ਆਦਮੀ ਪਾਰਟੀ ਨਾਲ ਵੀ ਸਮਝੌਤਾ ਟੁੱਟਿਆ ਕਿਉਂਕਿ ਉਹ ਚੀਫ ਮਿਨਿਸਟਰ ਕੇਜਰੀਵਾਲ ਆਪ ਬਣਨਾ ਚਾਹੁੰਦਾ ਸੀ। ਕਾਂਗਰਸ 'ਚ ਉਹਨੂੰ ਲੱਗਾ ਵੀ ਅਮਰਿੰਦਰ ਤਾਂ ਗਿਆ ਫੋਰ ਡਿਫਰੈਂਟ ਰੀਜ਼ਨਸ, ਉਹਨਾਂ ਨੂੰ ਵੀ ਇਹ ਮੇਰੀ ਵਾਰੀ ਹੈ। ਉਹਨਾਂ ਨੇ ਜਦੋਂ ਇਹਨੂੰ ਚੰਨੀ ਨੂੰ ਬਣਾ ਦਿੱਤਾ, ਇਹਨੂੰ ਲੱਗਿਆ ਵੀ ਇਹ ਤਾਂ ਮੇਰਾ ਰਬੜ ਸਟੈਂਪ ਹੋਏਗੀ, ਅਤੇ ਚੰਨੀ ਨੇ ਵੀ ਜਿਹਦੇ ਹੱਥ ਪਾਵਰ ਆਉਂਦੀ ਆ ਉਹਨੇ ਵੀ ਹੱਥ ਛਡਾਇਆ ਆਪਣਾ। ਉਹਨੂੰ ਲੱਗਿਆ ਵੀ ਇਹ ਜੇ ਹੁਣ ਇਹੀ ਚਿਹਰਾ ਬਣ ਕੇ ਅੱਗੇ ਹੋਣਾ, ਜੇ ਕਾਂਗਰਸ ਜਿੱਤ ਗਈ ਤਾਂ ਉਹਨੂੰ ਕੌਣ ਅਨਸੀਟ ਕਰੇਗਾ ਚੰਨੀ ਨੂੰ, ਅਤੇ ਜੇ ਹਾਰ ਗਏ ਫਿਰ ਤਾਂ ਡੂਬੇਗੀ ਕਸ਼ਤੀ ਤੋਂ ਡੂਬੇਗੇ ਸਾਰੇ, ਅਸੀਂ ਵੀ ਨਾਲ ਡੁੱਬ ਗਏ। ਸੋ ਉਹਦੇ ਥੱਲੇ ਕਿ ਜੀ ਫਲਾਣਾ ਨਹੀਂ, ਔਰ ਚੰਨੀ ਨੇ ਵੀ ਜਿਹੜੇ ਚੰਨ ਚਾੜਿਆ ਉਹ ਦੇਖ ਹੀ ਲਿਆ ਵੀ ਉਹ ਬਰਗਾੜੀ ਕਾਂਡ ਦੀ ਬੇਦਵੀ ਵੇਲੇ ਜਿਹੜਾ ਸੋਤਾ ਜਿਹੜਾ ਰਿਸ਼ਤੇਦਾਰ ਹੀ ਹੈ ਇਹਦਾ ਚੰਨੀ ਦਾ ਦੂਰੋਂ ਨੇੜਿਓਂ, ਜਿਹਨੇ ਉਹ ਸਾਰਾ ਇਹਨਾਂ ਨੂੰ ਸੇਵ ਕਰਕੇ ਜਿਹੜੇ ਸੌਦਾ ਸਾਹਿਬ ਦੋ ਅੰਮ੍ਰਿਤਧਾਰੀ ਭਰਾਵਾਂ ਦੇ ਗਾਲੀ ਪਾਇਆ ਸੀ ਉਹਨੂੰ DGP ਬਣਾ ਦਿੱਤਾ ਵਰਕਿੰਗ, ਔਰ ਜਿਹੜਾ ਸੁਮੇਧ ਸੈਣੀ ਦਾ ਵਕੀਲ ਜਿਹੜਾ ਉਹਦੀ ਜ਼ਮਾਨਤ ਕਰਵਾਉਣ ਤੱਕ ਜਾਂਦਾ ਉਹਨੂੰ ਜਿਹੜਾ ਉਹ ਅਟਾਰਨੀ ਜਨਰਲ ਬਣਾ ਦਿੱਤਾ। ਉਹਦੇ 'ਚ ਫੂਕ ਨਿਕਲ ਗਈ ਸਾਰੇ ਕਿ ਵੀ ਤੁਸੀਂ ਤਾਂ ਕਹਿ ਹੀ ਰਹੇ ਹੋ ਜੀ ਬਰਗਾੜੀ ਵਾਲਿਆਂ ਨੂੰ ਅਸੀਂ ਇਨਸਾਫ ਦਵਾਵਾਂਗੇ, ਅਸੀਂ ਸੌਦਾ ਸਾਧ ਨੂੰ ਕਰਾਂਗੇ। ਸੋ ਇਹ ਗੱਲ ਤਾਂ ਸਾਨੂੰ ਤਾਂ ਪਹਿਲੇ ਦਿਨ ਤੋਂ ਹੀ ਅਸੀਂ ਕਿਹਾ ਵੀ ਇਹ ਬਾਂਦਰ ਨੇ ਮਦਾਰੀ ਪਿੱਛੇ ਬੈਠਾ, ਉਹ CT ਵਜਾਉਂਦਾ, ਇੱਧਰ ਨਿਕਲ ਗਿਆ ਉੱਧਰ ਨਿਕਲ ਗਿਆ। ਹੁਣ ਅਮਰਿੰਦਰ ਜਾ ਰਿਹਾ ਸੀ ਦਿੱਲੀ ਨੂੰ ਅਮਿਤ ਸ਼ਾਹ ਨੂੰ ਮਿਲਣ, ਇਹ ਡਿਵੈਲਪਮੈਂਟ ਅੱਜ ਹੋਈ, ਜਿਵੇਂ ਡਿਸਕਸ ਨਾ ਕਰਦਾ ਬਹੁਤਿਆਂ ਨੇ ਕਹਿਣਾ ਜੀ ਇੰਨਾ ਵੱਡਾ ਸ਼ੋਅ ਹੈ। ਹੁਣ ਮੈਨੂੰ ਤਾਂ ਇਹ ਬਾਂਦਰਾਂ ਦੇ ਨਾਚ ਤੋਂ ਬਿਨਾਂ ਕੁਛ ਨਹੀਂ ਨਜ਼ਰ ਆਉਂਦਾ, ਬਟ ਚਲੋ ਅਸੀਂ ਫਿਰ ਵੀ ਆਪਣੇ ਵਿਊਅਰਸ ਦੇ ਸੈਂਟੀਮੈਂਟਸ ਦਾ ਧਿਆਨ ਰੱਖਦੇ ਹਾਂ, ਅਦਰਵਾਈਜ਼ ਮੈਨੂੰ ਇਹ ਗੱਲ ਹੀ ਨਹੀਂ ਠੀਕ ਲੱਗਦੀ ਹੁੰਦੀ ਇਹਨਾਂ 'ਤੇ ਕਰਨੀ, ਕਿਉਂਕਿ ਇਹ ਸਾਰੇ ਨੇ ਤੁਹਾਨੂੰ ਇੱਧਰ ਉੱਧਰ ਸਿੱਧੂ ਅਮਰਿੰਦਰ, ਅਮਰਿੰਦਰ ਸਿੱਧੂ, ਸੁਖਬੀਰ ਬਾਦਲ, ਇਹ ਆਉਣ ਵਾਲੇ ਪੀਰੀਅਡ 'ਚ ਵੀ ਇਸ ਕਿਸਮ ਦੀਆਂ ਕਹਾਣੀਆਂ ਸੁਲਝਾਇਆ। ਅਮਰਿੰਦਰ ਨੇ ਕਿਹਾ ਦੇਖ ਲਓ ਜੀ ਮੈਂ ਤਾਂ ਪਹਿਲਾਂ ਹੀ ਕਿਹਾ ਸੀ, ਆਈ ਟੋਲਡ ਯੂ ਸੋ, ਕਿ ਵੀ ਇਹ ਬੰਦਾ ਤਾਂ ਇੱਕ ਥਾਂ ਟਿਕ ਨਹੀਂ ਸਕਦਾ, ਇਹ ਤਾਂ ਕ੍ਰਿਕਟ ਮੈਚ ਛੱਡ ਕੇ ਦੌੜ ਆਇਆ ਸੀ ਇੰਗਲੈਂਡ ਤੋਂ, 3 ਦਿਨ ਹੋਏ ਸੀ ਅਜੇ, 2 ਦਿਨ ਰਹਿੰਦੇ ਸੀ, ਉਦੋਂ ਆ ਗਿਆ, ਫਿਰ ਉੱਥੋਂ ਨਿਕਲਿਆ, ਉੱਥੋਂ ਨਿਕਲਿਆ। ਉਹਨੂੰ ਪੁੱਛੇ ਤੂੰ ਆਪਣਾ ਦੇਖ ਤੂੰ ਕਿੱਥੋਂ ਨਿਕਲਿਆ, ਕਾਂਗਰਸ 'ਚ ਗਿਆ ਤੂੰ, June 84 'ਚ ਰਿਜ਼ਾਈਨ ਕੀਤਾ, ਫਿਰ ਬਾਦਲਾਂ 'ਚ ਅਕਾਲੀ ਦਲ 'ਚ ਆਇਆ, ਮਿਨਿਸਟਰ ਬਣਿਆ, ਉੱਥੋਂ ਤੈਨੂੰ ਨਹੀਂ ਬਣਿਆ, ਤੂੰ ਆਪਣੀ ਪੰਥਕ ਅਕਾਲੀ ਦਲ ਬਣਾਇਆ, 6,000 ਵੋਟਾਂ ਕੱਲੇ ਪਟਿਆਲੇ 'ਚੋਂ ਮਿਲੀਆਂ ਸਭ ਦੀਆਂ, ਆਪਣੇ ਸਮੇਤ ਜ਼ਮਾਨਤਾਂ ਜ਼ਬਤ ਹੋਈਆਂ, ਤੈਨੂੰ ਲੱਗਾ ਵਾਪਸ ਚਲੋ, ਨੱਕ ਰਗੜਿਆ ਕਾਂਗਰਸ ਦੇ। ਹੁਣ ਤੂੰ ਟੋਏ ਕਰ ਰਿਹਾ ਸੀ ਕਿ ਵੀ ਮੈਂ BJP 'ਚ ਜਾਣਾ, ਇਸ ਡਿਵੈਲਪਮੈਂਟ ਤੋਂ ਬਾਅਦ ਹੋ ਸਕਦਾ ਸੋਨੀਆ ਨੂੰ ਕਹਿ ਕੇ ਜੀ ਜੇ ਤੁਸੀਂ ਮੈਨੂੰ ਹੀ ਬਣਾ ਦਿੰਦੇ ਹੋ ਵਾਪਸ ਅਤੇ ਮੈਂ ਇੱਥੇ ਹੀ ਹਾਂ। ਸੋ ਮਤਲਬ ਇਹ ਹੈ ਕਿ ਵੀ ਇਹ ਜਿਵੇਂ ਮੈਂ ਇੱਕ ਦਿਨ ਉਹ ਜ਼ਿਕਰ ਕੀਤਾ ਸੀ ਕਿ ਮੁਵਾਹਿਦ ਹੁਸੈਨ ਵਾਸ਼ਿੰਗਟਨ 'ਚ ਨੇ ਈਸਟਰਨ ਟਾਈਮ ਕੱਢਦੇ ਹੁੰਦੇ ਸੀ, ਉਹਨਾਂ ਨੇ ਕਿਹਾ ਜੀ ਪ੍ਰੋਬਲਮ ਇਹ ਨਹੀਂ ਵੀ ਸਾਡੇ ਲੋਕ ਵਿਕਦੇ ਨੇ, ਵੀ ਇਹਨੇ ਸਸਤੇ ਵਿਕਦੇ ਨੇ। ਮੈਂ ਕਿਹਾ ਜੀ ਉਧਾਰ 'ਚ ਵਿਕ ਜਾਂਦੇ ਨੇ, ਉਹ ਤਾਂ ਹੋਰ ਤਾਂ ਕੋਈ ਹੈ ਹੀ ਸੋ ਜੋ ਨਜ਼ਰ ਆ ਰਿਹਾ।
ਸੋ ਕੁੱਲ ਮਿਲਾ ਕੇ ਇਹ ਇੱਕ ਦੁਖਦ ਪਾਰਟ ਹੈ ਔਰ ਮੈਂ ਸਮਝਦਾ ਵੀ ਇਹਦੇ ਨਾਲ ਜਿਹੜੇ ਵੀ ਪੰਜਾਬ ਦਾ ਫਿਕਰ ਕਰਨ ਵਾਲੇ ਨੇ, ਸਿੱਖ ਕੌਮ ਦੇ ਭਵਿੱਖ ਨੂੰ ਲੈ ਕੇ ਚਿੰਤਤ ਨੇ, ਉਹਨਾਂ ਦੇ ਲਈ ਇਹ ਇੱਕ ਫਿਕਰਮੰਦੀ ਦੀ ਗੱਲ ਹੈ ਕਿ ਭਾਈ ਇਹ ਕੁੱਕੜਾਂ ਦੀ ਲੜਾਈ ਔਰ ਇਹ ਜਿਹੜੀ ਹੈ ਉਹ ਸਾਰੇ 'ਚੋਂ ਪੰਜਾਬ ਦਾ ਫਿਊਚਰ, ਅਸਲੀ ਪ੍ਰੋਬਲਮ ਆਜ਼ਾਦੀ ਦੀ ਗੱਲ। ਔਰ ਜਦੋਂ ਅਸੀਂ ਫਿਰ ਘੁੰਮ ਘੁੰਮਾ ਕੇ ਇਸੇ ਨਤੀਜੇ 'ਤੇ ਪਹੁੰਚਦੇ ਹਾਂ ਕਿ ਭਾਈ ਇਹ ਦੇਖੋ ਜਿਹੜੀ ਗੁਲਾਮੀ ਹੈ ਉਹ ਕਿਸ ਕਦਰ ਬਦ ਕਿਰਦਾਰ ਲੋਕ ਪੈਦਾ ਕਰ ਦਿੰਦੀ ਹੈ, ਕਿਸ ਕਦਰ ਲਾਲਚੀ, ਕਿਸ ਕਦਰ ਜਿਹੜੇ ਨੇ ਉਹ ਤਾਕਤ ਦੇ ਭੁੱਖੇ ਲੋਕ, ਘਟੀਆ ਕਮੀਨੇ ਜਿਹੜੇ ਨੇ ਉਹ ਪੈਦਾ ਹੁੰਦੇ ਨੇ। ਤੁਸੀਂ ਸਾਰੇ ਸੀਨੇਰੀਓ ਨੂੰ ਦੇਖੋ ਅਤੇ ਤੁਹਾਨੂੰ ਲੱਗੇਗਾ ਕਿ ਭਾਈ ਇਹ ਤਾਂ ਇਸ ਹੱਦ ਤੱਕ ਡੀ ਜਨਰੇਸ਼ਨ ਇਹ ਹੀ ਗੁਲਾਮੀ ਦਾ ਸਾਨੂੰ ਇਹ ਪੈਗਾਮ ਹੈ ਕਿ ਭਾਈ ਇਹਨਾਂ ਨੂੰ ਕੱਟੋ ਗੁਲਾਮੀ ਦੇ ਸੰਗਲ ਤਾਂ ਕਿ ਇੱਕ ਬਾਵਕਾਰ, ਇੱਜ਼ਤਦਾਰ, ਅਣਖ, ਗੈਰਤ, ਜਿਹੜਾ ਸਿੱਖ ਦਾ ਮਤਲਬ ਹੀ ਅਣਖ ਔਰ ਗੈਰਤ ਹੈ ਔਰ ਸੂਰਬੀਰ ਬਚਨ ਕੇ ਬਲੀ। ਕੋਈ ਕਹਿ ਰਿਹਾ ਜੀ ਮੈਂ ਫਲਾਣੇ ਨਾਲ ਮੇਰੀ ਲੋਇਲਟੀ ਹੈ, 3 ਮਹੀਨੇ ਬਾਅਦ ਉਹਨੂੰ ਗਾਲਾਂ ਕੱਢ ਰਿਹਾ ਹੁੰਦਾ, ਇਹ ਬਚਨ ਕੇ ਬਲੀ ਕਿੱਥੇ? ਉਸ ਧਰਤੀ ਦਾ ਕਰੈਕਟਰ ਸਿੱਖ ਦੇ ਰੂਪ ਚ ਜਿਹੜਾ ਬਚਨ ਕੇ ਬਲੀ ਦਾ ਹੈ, ਤੇ ਇਹ ਤੁਸੀਂ ਆਲ ਲਾਇਰਸ ਔਰ ਪੂਰੀ ਜਿਹੜੀ ਹੈ ਉਹਨਾਂ ਦੀ ਕੰਪਨੀ ਆਫ ਲਾਇਰਸ ਹੈ ਸਾਰੀ, ਪਲਾਟੂਨ ਕੀ ਰੈਜੀਮੈਂਟ ਹੀ ਸਾਰੀ ਲਾਇਰਸ ਦੀ ਹੈ ਇਹਨਾਂ ਸਾਰਿਆਂ ਦੀ, ਇਹਨਾਂ ਨੇ ਜਿਹੜਾ ਸਾਨੂੰ ਕਿਸ ਕਦਰ ਜ਼ਲੀਲ ਕਰਵਾ ਰਿਹਾ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।